ਜਿੱਥਾ ਜਾਏ ਬਈਏ ਪਲਾ ਕੇਈਏ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵਹੁ ਸਚੀ ਬਾਣੀ ਕਹੈ ਨਾਨਕ ਸੁਨਹੁ ਸੰਤੋ ਕਥਿਓ ਅਕਥ ਕਹਾਣੀ ਧੰ ਗੁਰੂ ਅਮਰਦਾਸ ਪਿਤਾ ਜੀ ਦਾ ਬਚਨ ਜੋ ਗੁਰੂ ਕੇ ਸਿੱਖ ਨਿਤਾ ਪ੍ਰਤੀ ਆਨੰਦ ਸਾਹਿਬ ਦੀ ਸੰਪੂਰਨ ਬਾਣੀ ਵਿੱਚ ਪੜਿਆ ਕਰਦੇ ਨੇ ਉਸ ಪರಿਪੂਰਨ ਪਰਮਾਤਮਾ ਦੀ ਕਥਾ ਕਹਿਣ ਤੋਂ ਬਾਹਰ ਹੈ ਕਥਨ ਤੋਂ ਬਾਹਰ ਹੈ ਸਤਗੁਰਾਂ ਨੇ ਉਸ ਦੀਆਂ ਗੱਲਾਂ ਨੂੰ ਅਕਥ ਆਖਿਆ ਹੈ ਜੋ ਕਹਿਣ ਵਿੱਚ ਨਹੀਂ। ਕੀ ਹਮ ਕਥਾਂ ਕਿਛ ਕਥ ਨਹੀਂ ਜਾਣਾਂ। ਪ੍ਰਭ ਭਾਵੈ ਤਵੇਂ ਬੁਲਾਨ। ਪਰਮਾਤਮਾ ਦੀ ਅਕਥ ਕਥਾ ਦਾ ਬਿਆਨ ਕੀਤਾ ਨਹੀਂ ਜਾ ਸਕਦਾ। ਜੇ ਕਿਸੇ ਨੇ ਯਤਨ ਵੀ ਕੀਤਾ ਸਫਲ ਨਹੀਂ ਹੋ ਸਕਿਆ ਸਤਿਗੁਰੂ ਬਚਨ ਕਰਦੇ ਨੇ ਜਿੰਨਾ ਯਤਨ ਕਰੀਏ ਮੁਬਾਰਕ ਹੈ ਪਰ ਪ੍ਰਭੂ ਦੇ ਗੁਣ ਬੇਅੰਤ ਨੇ ਤੂੰ ਬੇਅੰਤ ਕੋ ਵਿਰਲਾ ਜਾਣਾ ਗੁਰ ਪ੍ਰਸਾਦ ਕੋ ਸ਼ਬਦ ਪਛਾਣਾ ਹੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਉਸ ਪਰਿਪੂਰਨ ਪਰਮਾਤਮਾ ਨੂੰ ਉਸ ਬੇਅੰਤ ਨੂੰ ਕੋਈ ਧਿਆਉਣ ਦਾ ਯਤਨ ਕਰੇ ਇਹ ਤਾਂ ਮੁਬਾਰਕ ਹੈ ਪਰ ਇਹ ਦਾਵਾ ਕੋਈ ਕਿਵੇਂ ਕਰ ਦਵੇ ਉਹਦਾ ਅੰਤ ਪਾ ਲਿਆ ਇੱਕ ਦੂ ਜੀਭੋਂ ਲੱਖ ਹੋਏ ਲੱਖ ਹੋਵੇਂ ਲੱਖ 20 ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਜੇ ਇੰਨੇ ਪੀ ਯਤਨ ਕਰ ਲਈਏ ਜੇ ਕਿਤੇ ਰੋਮ ਰੋਮ ਤੇ ਰਸਨਾ ਲੱਗ ਜਾਵੇ ਇਕ ਇਕ ਰਸਨਾ ਨਾਲ ਕਈ ਕਈ ਵੇਰਾ ਲੱਖਾਂ ਲੱਖਾਂ ਵੇਰਾ ਜਪਿਆ ਜਾਵੇ ਤਾਂ ਵੀ ਘਟ ਹੈ ਮੇਰੇ ਕਲਗੀਧਰ ਪਾਤਸ਼ਾਹ ਬਚਨ ਕਰਦੇ ਨੇ ਨਾਰਦ ਸੇ ਚਤ੍ਰਾਨਨ ਸੇ ਰੁਮਨਾ ਰਿਖ ਸੇ ਸਭ ਹੂੰ ਮਿਲ ਗਾਇਓ 베ਦ ਕਤੇਬ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ ਨਾਰਦ ਵਰਗਿਆਂ ਨੇ ਹੋਰ ਬੇਅੰਤ ઋਸ਼ੀਆ ਮੁਨੀਆਂ ਨੇ ਬਹੁਤ ਯਤਨ ਕੀਤਾ ਪਰ ਤੇਰਾ ਅੰਤ ਨਾ ਪਾ ਸਕੇ ਕਲਗੀ ਤਰਪਾਤਸ਼ਾ ਨੇ ਬੇਅੰਤ ਥਾਵਾਂ ਤੇ ਐਸੇ ਬਚਨ ਕੀਤੇ ਤਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਬੇਅੰਤ ਵਾਰ بار-बार ਪ੍ਰਭੂ ਦੀ ਉਸਤਤ ਕਰਦਿਆਂ ਇਹ ਹੀ ਗੱਲ ਦੁਹਰਾਉਂਦੀ ਏ ਉਸ ਪਰਮਾਤਮਾ ਦਾ ਅੰਤ ਪਾਇਆ ਨਹੀਂ ਜਾ ਸਕਦਾ 10ਵੇਂ ਪਾਤਸ਼ਾਹ ਦਾ ਬਚਨ ਹੈ ਵੱਡੇ ਵੱਡੇ ਮਨ ਦੇਵਤੇ ਕਈ ਜੁਗ ਤਿੰਨੀ ਤਨ ਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਬਹੁਤ ਸਮਿਆਂ ਤੱਕ ਤਪ ਕੀਤੇ ਤੈਨੂੰ ਅਰਧਿਆ ਜਪਿਆ ਧਿਆਇਆ ਪਰ ਤੇਰਾ ਅੰਤ ਕੋਈ ਨਾ ਪਾ ਸਕਿਆ ਤੂੰ ਅਥਾ ਹੈ ਅਗਨਤ ਹੈ ਅਪਾਰ ਹੈ ਅਨੰਤ ਹੈ ਅਬਨਾਸੀ ਹੈ ਨਾ ਕੋਈ ਤੇਰਾ ਅੰਤ ਪਾ ਸਕਿਆ ਨਾ ਕੋਈ ਤੇਰਾ ਪਾਰ ਪਾ ਸਕਿਆ ਏ ਸਤਿਗੁਰਾ ਤੂੰ ਕਹਿਣ ਤੇ ਕਥਨ ਤੋਂ ਬਾਹਰ ਹੈ ਇੱਕ ਸਮੁੰਦਰ ਦੀ ਗਹਿਰਾਈ ਨੂੰ ਕੋਈ ਨਹੀਂ ਨਾਪ ਸਕਦਾ ਅੱਜ ਭਾਵੇਂ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਬਹੁਤ ਦਾਅਵੇ ਕਰ ਦਿੱਤੇ ਪਰ ਨਾ ਤਾਂ ਕੋਈ ਸਮੁੰਦਰ ਦੀ ਲੰਬਾਈ ਨੂੰ ਮਿੱਥ ਸਕਿਆ ਨਾ ਚੌੜਾਈ ਨੂੰ ਨਾਪ ਸਕਿਆ ਨਾ ਗਹਿਰਾਈ ਦਾ ਪਤਾ ਲਾ ਸਕਿਆ ਤੇ ਨਾ ਅੱਜ ਤੱਕ ਵਿਗਿਆਨ ਨੂੰ ਇਹ ਪਤਾ ਲੱਗਾ ਇੱਕ ਸਮੁੰਦਰ ਦੇ ਵਿੱਚ ਕਿੰਨਾ ਜਲ ਹੈ ਕਿੰਨਾ ਪਾਣੀ ਹੈ ਏ ਸਤਿਗੁਰਾ ਜੇ ਇੱਕ ਸਮੁੰਦਰ ਦਾ ਕੋਈ ਅੰਤ ਨਹੀਂ ਪਾ ਸਕਿਆ ਤੇ ਮਾਲਕਾ ਇਹੋ ਜੇ ਤਾਂ ਕਿੰਨੇ ਸਮੁੰਦਰ ਤੂੰ ਬਣਾ ਦਿੱਤੇ ਕਿੰਨੇ ਪਹਾੜ ਬਣਾ ਦਿੱਤੇ ਕਿੰਨੀਆਂ ਧਰਤੀਆਂ ਕਿੰਨੇ ਚੰਨ ਸੂਰਜ ਤੇ ਤਾਰੇ ਪਤਾ ਨਹੀਂ ਕਿੰਨੇ ਅਸਮਾਨ ਬਣਾ ਦਿੱਤੇ ਤੇਰਾ ਅੰਤ ਕੌਣ ਪਾਵੇ ਉਸ ਪ੍ਰਭੂ ਦੀ ਕਥਾ ਨਿਰਾਲੀ ਹੈ ਪੂਰਨ ਪਰਮਾਤਮਾ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ ਮਨੁੱਖ ਨੇ ਤਾਂ ਕੇਵਲ ਯਤਨ ਕਰਨਾ ਉਸ ਦੀ ਉਪਮਾ ਕਰਨੀ ਹੈ ਉਸਤਤ ਕਰਨੀ ਹੈ ਵਡਿਆਈ ਕਰਨੀ ਹੈ ਤਾਂ ਜੇ ਮਨੁੱਖਤਾ ਦਾ ਭਲਾ ਹੋ ਸਕੇ ਕਹਿਣ ਵਾਲਿਆਂ ਦਾ ਭਲਾ ਹੋ ਸਕੇ ਸੁਣਨ ਵਾਲਿਆਂ ਦੀ ਸੁਰਤ ਉੱਚੀ ਹੋ ਸਕੇ ਕਥਾ ਉਸ ਦਾ ਅੰਤ ਨਹੀਂ ਪਾ ਸਕਦਾ ਸਤਿਗੁਰੂ ਬਖਸ਼ਿਸ਼ ਕਰਦਾ ਕਥਾ ਰਾਈ ਕੀਰਤਨ ਰਾਈ ਉਪਦੇਸ਼ ਦੇਣ ਵਾਲੇ ਭਲੇ ਨੇ ਪਰ ਉਹਨਾਂ ਦੀ ਵੀ ਅਰਦਾਸ ਕਰਨਾ ਕਿਤੇ ਉਹਨਾਂ ਦੇ ਜੀਵਨ ਵਿੱਚ ਗੁਰੂ ਦਾ ਉਪਦੇਸ਼ ਸਦਾ ਲਈ ਟਿਕ ਜਾਵੇ ਕੇਵਲ ਗੱਲਾਂ ਨਾ ਕਰਦੇ ਰਹਿ ਜਾਈਏ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਜੇ ਗੁਰੂ ਦੇ ਭਾਣੇ ਵਿੱਚ ਨਹੀਂ ਭਾਵੇਂ ਕਥਾਵਾਚਕ ਹੋਵੇ ਭਾਵੇਂ ਕੀਰਤਨੀਆ ਹੋਵੇ ਭਾਵੇਂ ਜਿੰਨਾ ਮਰਜੀ ਪਿਆ ਵੱਡਾ ਪ੍ਰਚਾਰਕ ਹੋਵੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ ਗੱਲ ਤਾਂ ਮੰਨਣ ਦੀ ਸੁਣਿਆ ਮੰਨਿਆ ਮਨ ਕੀਤਾ ਪਾਉ ਸਤਿਗੁਰੂ ਦਾ ਬਚਨ ਹੈ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲੇਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਉਹ ਮਿੱਤਰ ਨੇ ਉਹ ਸੱਜਣ ਨੇ ਉਹ ਪਿਆਰੇ ਨੇ ਜੋ ਹਰੀ ਦੀਆਂ ਕਥਾ ਕਹਾਣੀਆਂ ਸ਼ਰਵਣ ਕਰਾਉਂਦੇ ਨੇ ਜਿਨ੍ਹਾਂ ਦੀ ਰਸਨਾ ਤੋਂ ਗੁਰੂ ਨਾਨਕ ਦੀ ਗੱਲ ਸਾਂਝੀ ਹੁੰਦੀ ਏ ਉਸ ਵਾਹਿਗੁਰੂ ਦੀਆਂ ਬਾਤਾਂ ਪੈਂਦੀਆਂ ਨੇ ਉਹ ਪਿਆਰੇ ਨੇ ਜੋ ਪਿਆਰੇ ਦੀ ਗੱਲ ਸਰਵਣ ਕਰਾਉਂਦੇ ਨੇ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਇਹ ਗੁਰੂ ਦੀਆਂ ਸਿੱਖਾਂ ਗੁਰੂ ਨਾਨਕ ਦੇ ਘਰ ਦਾ ਬਖਸ਼ਿਆ ਹੋਇਆ ਕਿਤੇ ਮਿਲ ਬੈਠ ਕਿਤੇ ਮੇਰੀ ਵੀ ਘਰੀ ਸੁਲੱਖਣੀ ਹੋ ਜਾਵੇ ਮੇਰਾ ਵੀ ਸਮਾਂ ਸਫਲ ਹੋ ਜਾਵੇ ਕੋਈ ਗੁਰੂ ਦੀਆਂ ਬਾਤਾਂ ਪਾ ਲਈਏ ਸਤਸੰਗੀ ਜਨੋ ਪਿਆਰ ਦੇ ਵਿੱਚ ਭਿੱਜ ਕੇ ਸੰਗਤ ਕਰਨੀ ਨਿਤਾ ਪ੍ਰਤੀ ਸੰਗਤ ਵਿੱਚ ਵਿਰਾਜਮਾਨ ਹੋ ਕੇ ਕਥਾ ਕੀਰਤਨ ਸਰਵਣ ਕਰਨਾ ਇੱਥੇ ਇੱਕ ਬੇਨਤੀ ਕਰਦੇ ਆਂ ਕਥਾ ਕੀਰਤਨ ਤੇ ਭਾਵੇਂ ਰੋਜ਼ ਸਰਵਣ ਕਰਦੇ ਆ ਪਰ ਜੇ ਮਨ ਨਹੀਂ ਜੁੜਿਆ ਚਿੱਤ ਉਸ ਇੱਕ ਪਰਮਾਤਮਾ ਦੇ ਚਰਨਾਂ ਨਾਲ ਨਹੀਂ ਜੁੜਿਆ ਜੇ ਲਿਵ ਨਹੀਂ ਲੱਗੀ ਸਰੀਰ ਕਰਕੇ ਤਾਂ ਹਾਜ਼ਰੀ ਹੈ ਮਨ ਕਰਕੇ ਹਾਜ਼ਰੀ ਨਹੀਂ ਗੁਰਦੇਵ ਪਿਤਾ ਦੇ ਸਮੇਂ ਇੱਕ ਬਹੁਤ ਪਿਆਰਾ ਸਿੱਖ ਇਤਿਹਾਸ ਦੇ ਵਿੱਚ ਨਾ ਆਉਂਦਾ ਹੈ ਭਾਈ ਸੁਥਰਾ ਇਹਨਾਂ ਦੀਆਂ ਬਹੁਤ ਗੱਲਾਂ ਇਤਿਹਾਸ ਵਿੱਚੋਂ ਲੱਭਦੀਆਂ ਨੇ ਸਤਿਗੁਰੂ ਦੇ ਪ੍ਰਤੀ ਅਥਾ ਸ਼ਰਧਾ ਅਤੇ ਪ੍ਰੇਮ ਇਹਨਾਂ ਦੀ ਜ਼ਿੰਦਗੀ ਵਿੱਚੋਂ ਦ੍ਰਿਸ਼ਟੀ ਆਉਂਦਾ ਹੈ ਮਹਾਰਾਜ ਦਾ ਦੀਵਾਨ ਸਜਿਆ ਸਤਗੁਰੂ ਆਪ ਹਾਜ਼ਰ ਸੰਗਤਾਂ ਨੂੰ ਦਿਦਾਰ ਬਖਸ਼ ਰਹੇ ਨੇ ਨਿਹਾਲ ਕਰ ਰਹੇ ਨੇ ਅਸੀਸਾਂ ਬਖਸ਼ ਕੇ ਸੰਗਤਾਂ ਨੂੰ ਸਰਸਾਰ ਪੈ ਕਰਦੇ ਨੇ ਸੰਗਤਾਂ ਦਰਸ ਪਰਸ ਕੇ ਆਪਣੇ ਭਾਗ ਬਣਾਉਂਦੀਆਂ ਨੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਪ੍ਰੇਮ ਸਹਿਤ ਦਸਵੰਦ ਆਦਿਕ ਭੇਟਾ ਹਾਜ਼ਰ ਕਰਦੀਆਂ ਨੇ ਮੋੜ ਸੰਗਤ ਵਿੱਚ ਜਾ ਬਿਰਾਜਦੀਆਂ ਨੇ ਕਥਾ ਕੀਰਤਨ ਪਿਆ ਹੁੰਦਾ ਹੈ ਭਾਈ ਸੁਥਰਾ ਜੀ ਸੰਗਤ ਵਿੱਚ ਆਏ ਇੱਕ ਕੌੜਾ ਬਚਨ ਸੰਗਤ ਨੂੰ ਕਿਹਾ ਇਤਿਹਾਸ ਲਿਖਦਾ ਹੈ ਭਾਈ ਸੁਥਰਾ ਜੀ ਨੇ ਸੰਗਤ ਵੱਲ ਵੇਖ ਕੇ ਇੱਕ ਬਚਨ ਕਹਿ ਦਿੱਤਾ ਲੱਖ ਲਾਨਤ ਕੀਰਤਨ ਕਰਨ ਵਾਲਿਆਂ ਨੂੰ ਫਿਟੇ ਮੂੰਹ ਸੁਣਨ ਵਾਲਿਆਂ ਨੂੰ ਸੰਗਤ ਹੈਰਾਨ ਰਹਿ ਗਈ ਭਾਈ ਸੁਥਰਾ ਜੀ ਦੀ ਰਸਨਾ ਤੋਂ ਇਹ ਬਚਨ ਸਰਵਣ ਕਰਕੇ ਹੱਕੇ ਬੱਕੇ ਰਹਿ ਗਏ ਸੰਗਤ ਦੇ ਲਈ ਇਹਨੇ ਕੋੜੇ ਅਲਫਾਜ਼ ਕੁਜਕ ਸਿੰਘ ਭਾਈ ਸੁਥਰੇ ਦੇ ਮਗਰ ਭਜੇ ਇਹਨੂੰ ਫੜੀਏ ਸਤਿਗੁਰਾਂ ਦੇ ਸਨਮੁਖ ਪੇਸ਼ ਕਰੀਏ ਜਿਨੇ ਸੰਗਤ ਦੇ ਲਈ ਇਹਨੇ ਕੌੜੇ ਲਫ਼ਜ਼ ਵਰਤੇ ਨੇ ਲੱਖ ਲਾਨਤ ਕੀਰਤਨ ਕਰਨ ਵਾਲਿਆਂ ਨੂੰ ਫਿਟੇ ਮੂੰਹ ਸਰਵਣ ਕਰਨ ਵਾਲਿਆਂ ਨੂੰ ਬੜੀ ਅਜੀਬ ਬਾਤ ਹੈ ਕੁਝ ਸਿੰਘਾਂ ਨੇ ਯਤਨ ਕੀਤਾ ਪਰ ਭਾਈ ਸੁਥਰੇ ਨੂੰ ਫੜ ਨਾ ਸਕੇ ਭਾਈ ਸੁਥਰਾ ਭੱਜ ਗਿਆ ਮਹਾਰਾਜ ਦੇ ਚਰਨਾਂ ਵਿੱਚ ਆ ਸਿੰਘਾਂ ਨੇ ਬਿਨੈ ਕੀਤੀ ਭਾਈ ਸੁਥਰੇ ਨੇ ਸੰਗਤ ਦੇ ਪ੍ਰਤੀ ਐਸੇ ਲਫ਼ਜ਼ ਵਰਤੇ ਨੇ ਅੱਗੇ ਵੀ ਕਈ ਵੇਰਾਂ ਇਹੋ ਜੀ ਗੱਲ ਕਰ ਜਾਂਦਾ ਹੈ ਮਹਾਰਾਜ ਮੁਸਕਰਾਉਣ ਲੱਗ ਪਏ ਜਾਣੀ ਜਾਣ ਨੇ ਘਟ ਘਟ ਦੀਆਂ ਜਾਣਨ ਵਾਲੇ ਆਖਣ ਲੱਗੇ ਭਾਈ ਸੁਥਰੇ ਨੂੰ ਫੜ ਕੇ ਦੀਵਾਨ ਵਿੱਚ ਪੇਸ਼ ਕੀਤਾ ਜਾਵੇ ਕਈ ਦਿਨਾ ਤੱਕ ਭਾਈ ਸੁਥਰਾ ਜੀ ਸੰਗਤ ਵਿੱਚ ਨਾ ਆਏ ਇਤਿਹਾਸ ਦਰਸਾਉਂਦਾ ਹੈ ਭਾਈ ਸੁਥਰਾ ਜੀ ਦਾ ਗੱਲ ਕਰਨ ਦਾ ਢੰਗ ਕਿਸੇ ਨੂੰ ਆਪਣੀ ਗੱਲ ਸਮਝਾਉਣ ਦਾ ਢੰਗ ਗੁਰਮਤ ਨੂੰ ਦ੍ਰਿੜ ਕਰਾਉਣ ਦਾ ਢੰਗ ਨਿਰਾਲਾ ਢੰਗ ਸੀ ਅੱਜ ਜਿਵੇਂ ਕਈ ਪ੍ਰਕਾਰ ਦੇ ਪ੍ਰਚਾਰਕ ਆਪਣੇ ਆਪਣੇ ਢੰਗ ਨਾਲ ਕਥਾ ਕਰਦੇ ਨੇ ਵਿਚਾਰ ਕਰਦੇ ਨੇ ਸਭ ਮੁਬਾਰਕ ਨੇ ਸਭ ਚੰਗੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਇਸੇ ਪ੍ਰਕਾਰ ਭਾਈ ਸੁਤਰਾ ਜੀ ਕਿਸੇ ਗੱਲ ਨੂੰ ਵਿਅੰਗ ਨਾਲ ਕਹਿਆ ਕਰਦੇ ਸਨ ਬਹੁਤ ਦਿਨ ਬੀਤ ਗਏ ਭਾਈ ਸੁਤਰਾ ਜੀ ਸੰਗਤ ਵਿੱਚ ਨਾ ਆਏ ਬਹੁਤ ਦਿਹਾਣਿਆਂ ਬਾਅਦ ਅੱਜ ਦੀਵਾਨ ਸਜਿਆ ਹੈ ਮਹਾਰਾਜ ਦੀਵਾਨ ਵਿੱਚ ਹਾਜ਼ਰ ਨੇ ਦਰਸ਼ਨ دیدار ਪਏ ਬਖਸ਼ਦੇ ਨੇ ਸੰਗਤਾਂ ਨੂੰ ਭਾਈ ਸੁਥਰਾ ਜੀ ਸੰਗਤ ਵਿੱਚ ਆਏ ਆ ਕੇ ਬਿਰਾਜਮਾਨ ਹੋ ਗਏ ਸਿੰਘਾਂ ਦੀ ਨਜ਼ਰ ਪਈ ਬੜੇ ਦਿਨਾਂ ਤੋਂ ਪਏ ਲਬਦੇ ਸਨ ਅੱਜ ਮੌਕਾ ਮਿਲ ਗਿਆ ਫੜ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਕਰੀਏ ਸੰਗਤਾਂ ਨੂੰ ਕਬੂਲ ਬੋਲੇ ਨੇ ਅੱਜ ਇਹਨੂੰ ਸਜਾ ਲਵਾਈਏ ਕੁਝ ਤਾਂ ਅੰਦਰੋਂ ਪ੍ਰਸੰਨ ਨੇ ਅੱਜ ਇਹਨੂੰ ਛੱਡਣਾ ਨਹੀਂ ਅੱਜ ਭਜਣ ਨਹੀਂ ਦੇਣਾ ਸਿੰਘਾਂ ਨੇ ਭਾਈ ਸੁਥਰੇ ਨੂੰ ਫੜ ਲਿਆ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਲਿਆ ਪੇਸ਼ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਭਾਈ ਸੁਥਰਾ ਸੰਗਤ ਦੇ ਲਈ ਕਬੂਲ ਬੋਲ ਕੇ ਗਿਆ ਭੱਜ ਗਿਆ ਸੀ ਅੱਜ ਬੜੇ ਦਿਨਾਂ ਬਾਅਦ ਹੱਥੇ ਚੜਿਆ ਮੇਰੇ ਪਾਤਸ਼ਾਹ ਮੁਸਕਰਾ ਕੇ ਆਖਦੇ ਨੇ ਸੁਥਰਿਆ ਸੰਗਤ ਨੇ ਤੇਰੀ ਸ਼ਿਕਾਇਤ ਕੀਤੀ ਏ ਮਹਾਰਾਜ ਮੈਂ ਤਾਂ ਕੁਝ ਨਹੀਂ ਜਾਣਦਾ ਇਹ ਆਖਦੇ ਨੇ ਤੂੰ ਸੰਗਤ ਨੂੰ ਕੁਝ ਕਬੂਲ ਬੋਲੇ ਨੇ ਕੁਝ ਮਾੜਾ ਆਖਿਆ ਕੁਝ ਆਵਾਤਾਂ ਬੋਲਿਆ ਜੋ ਅਲਫਾਜ਼ ਸੰਗਤ ਨੂੰ ਕਹਿਣ ਯੋਗ ਨਹੀਂ ਸੁਥਰੇ ਆ ਉਹ ਅਲਫਾਜ਼ ਬੋਲ ਗਏ ਹੱਥ ਜੋੜ ਭਾਈ ਸੁਥਰੇ ਨੇ ਬੇਨਤੀ ਕੀਤੀ ਕਲਗੀਧਰ ਪਾਤਸ਼ਾਹ ਮੈਨੂੰ ਤਾਂ ਯਾਦ ਨਹੀਂ ਕਿਸ ਦਿਹਾੜੇ ਦੀ ਗੱਲ ਏ ਕਿੰਨੇ ਕਿ ਦਿਨ ਹੋਏ ਨੇ ਪਰ ਹਾਂ ਜੇ ਸਿੰਘ ਆਖਦੇ ਨੇ ਤੇ ਝੂਠ ਨਹੀਂ ਬੋਲਦੇ ਹੋਣਗੇ ਮੈਨੂੰ ਚੇਤਾ ਕਰਾ ਦੇਣ ਜਿਸ ਦਿਹਾੜੇ ਮੈਂ ਇਹ ਬੋਲ ਬੋਲੇ ਸਨ ਉਸ ਦਿਨ ਕਿਹੜੇ ਸ਼ਬਦ ਦਾ ਕੀਰਤਨ ਪਿਆ ਹੁੰਦਾ ਸੀ ਕਿਹੜੀ ਗੁਰਮਤ ਦੀ ਵਿਚਾਰ ਪਈ ਚੱਲਦੀ ਸੀ ਜੇ ਮੈਨੂੰ ਇਹ ਚੇਤਾ ਕਰਾ ਦੇਣ ਸ਼ਾਇਦ ਸੰਗਤ ਵਿੱਚ ਖਲੋਤੇਆਂ ਮੈਨੂੰ ਵੀ ਆਪਣੇ ਬਚਨ ਚੇਤੇ ਆ ਜਾਣ ਹੁਣ ਸੰਗਤ ਹੈਰਾਨ ਆਪਣੇ ਆਪ ਨੂੰ ਮੁਖੀ ਸਮਝਣ ਵਾਲੇ ਸਿੰਘ ਹੈਰਾਨ ਹੋ ਗਏ ਸੋਚੀ ਪਏ ਗਏ ਜਦੋਂ ਕਲਗੀਧਰ ਪਾਤਸ਼ਾਹ ਨੇ ਸਵਾਲ ਕੀਤਾ ਕਿਉਂ ਬਈ ਸਿੰਘੋ ਤੁਸੀਂ ਉਸ ਦਿਹਾੜੇ ਸੰਗਤ ਵਿੱਚ ਸੋ ਜਿਸ ਦਿਨ ਭਾਈ ਸੁਤਰੇ ਨੇ ਬਚਨ ਕਹੇ ਹਾਂ ਜੀ ਸੰਗਤ ਵਿੱਚ ਸਾਂ ਸੰਗਤ ਨੇ ਵੀ ਹਾਮੀ ਭਰੀ ਸੁਥਰਾ ਪਿਆ ਪੁੱਛਦਾ ਜਿਸ ਦਿਹਾੜੇ ਕਬੂਲ ਬੋਲੇ ਸਨ ਕਿਸੇ ਨੂੰ ਚੇਤਾ ਹੋਵੇ ਉਸ ਦਿਹਾੜੇ ਸੰਗਤ ਵਿੱਚ ਕਿਹੜੀ ਵਿਚਾਰ ਪਈ ਚੱਲਦੀ ਸੀ ਸਭ ਦੇ ਚਿਹਰਿਆਂ ਤੋਂ ਰੰਗ ਉਡ ਗਏ ਕਿਸੇ ਨੂੰ ਚੇਤਾ ਨਹੀਂ ਕਿਹੜੀ ਗੁਰਮਤ ਵਿਚਾਰ ਦੀ ਸਾਂਝ ਹੋ ਰਹੀ ਸੀ ਭਾਈ ਸੁਥਰਾ ਮੁਸਕਰਾਉਣ ਲੱਗਾ ਕਲਗੀਧਰ ਪਾਤਸ਼ਾਹ ਨਿਤਾ ਪ੍ਰਤੀ ਤੇਰੀ ਸੰਗਤ ਕਰਨ ਆਉਂਦੇ ਨੇ ਤੇਰੇ دیدار ਵੀ ਕਰਦੇ ਨੇ ਨਿਤਾ ਪ੍ਰਤੀ ਹਾਜ਼ਰੀਆਂ ਭਰਦੇ ਨੇ ਕਥਾ ਕੀਰਤਨ ਸੁਣਦੇ ਨੇ ਕਿਸੇ ਨੂੰ ਬੋਲ ਯਾਦ ਨਹੀਂ ਕਿਸੇ ਨੂੰ ਗੁਰਮਤ ਦੀ ਵਿਚਾਰ ਚੇਤੇ ਨਹੀਂ ਮੇਰੇ ਕੁਬੋਲ ਯਾਦ ਨੇ ਮੈਂ ਕਿਹੜੇ ਕਬੂਲ ਬੋਲੇ ਕਿਹੜੇ ਬੋਲ ਬੋਲੇ ਉਹ ਤਾਂ ਇਹਨਾਂ ਨੂੰ ਯਾਦ ਨੇ ਪਰ ਗੁਰਮਤ ਦੇ ਮਿੱਠੜੇ ਬੋਲ ਇਹਨਾਂ ਨੂੰ ਕਿਸੇ ਨੂੰ ਚੇਤੇ ਨਹੀਂ ਮਹਾਰਾਜ ਮੁਸਕਰਾਉਣ ਲੱਗ ਪਏ ਗੱਲ ਤਾਂ ਇੱਕ ਢੰਗ ਨਾਲ ਸਮਝਾਉਣੀ ਸੀ ਨਿਤ ਦੀ ਸੰਗਤ ਕਰਨ ਵਾਲੇ ਇਹ ਯਾਦ ਨਹੀਂ ਗੁਰੂ ਦਾ ਬਚਨ ਕਿਹੜਾ ਸਾਂਝਾ ਹੋਇਆ ਹੈ ਅੱਜ ਗੁਰਮਤਿ ਦੀ ਵਿਚਾਰ ਕਿਹੜੀ ਹੋਈ ਏ ਸਤ ਸੰਗਿਓ ਤੁਸੀਂ ਨਿਤਾ ਪ੍ਰਤੀ ਗੁਰੂ ਘਰ ਹਾਜ਼ਰੀ ਭਰਦੇ ਹੋ ਤੁਹਾਡੇ ਚਰਨਾਂ ਦੀ ਦਾਸ ਚਰਨ ਧੂੜੀ ਲੋਚਦਾ ਹੈ ਕਿੰਨਿਆਂ ਨੂੰ ਯਾਦ ਹੋਵੇਗਾ ਅੱਜ ਸਵੇਰੇ ਗੁਰੂ ਦੇ ਕੀਰਤਨੀਆਂ ਨੇ ਕਿਹੜਾ ਸ਼ਬਦ ਪੜਿਆ ਅੱਜ ਕਿਸ ਵਿਚਾਰ ਦੀ ਕਥਾ ਹੋਈ ਅੱਜ ਗੁਰੂ ਸਾਹਿਬਾਂ ਦਾ ਹੁਕਮ ਕੀ ਆਇਆ ਅੱਜ ਹੁਕਮਨਾਮਾ ਕਿਹੜਾ ਸੀ ਕਿੰਨਿਆਂ ਨੂੰ ਯਾਦ ਹੋਵੇਗਾ ਬਾਕੀ ਤਾਂ ਸਭ ਚੇਤਾ ਰੱਖਦੇ ਆਂ ਕੇਵਲ ਗੁਰਮਤੀ ਚੇਤੇ ਨਹੀਂ ਰਹਿੰਦੀ ਗੁਰਦੇਵ ਪਿਤਾ ਨੇ ਕਲਗੀਧਰ ਪਾਤਸ਼ਾਹ ਨੇ ਆਪਣੇ 52 ਬਚਨਾਂ ਦੇ ਵਿੱਚੋਂ ਵੀਵੇਂ ਬਚਨ ਵਿੱਚ ਇੱਕ ਡੂੰਘਾਈ ਦਰਸਾਈ ਹੈ ਗੁਰਬਾਣੀ ਦੀ ਕਥਾ ਅਤੇ ਕੀਰਤਨ ਰੋਜ਼ ਸੁਣਨਾ ਤੇ ਕਰਨਾ ਕੀਰਤਨ ਕਰਨ ਵਾਲੇ ਵੀ ਧੰਨੇ ਤੇ ਸਰਵਣ ਕਰਨ ਵਾਲੇ ਵੀ ਧੰਨੇ ਸਤਿਗੁਰਾਂ ਦਾ ਬਚਨ ਹੈ ਕਹਤੇ ਪਵਿੱਤਰ ਸੁਣਤੇ ਸਭ ਧੰਨ ਲਿਖਤੀ ਕੁਲ ਤਾਰਿਆ ਜੀਓ ਮੁਬਾਰਕ ਨੇ ਪਰ ਸਭ ਤੋਂ ਵੱਡਿਆਂ ਭਾਗਾਂ ਵਾਲੇ ਉਹ ਜਨ ਨੇ ਜੋ ਪ੍ਰਭੂ ਦੇ ਉਪਦੇਸ਼ ਨੂੰ ਸਦਾ ਲਈ ਹਿਰਦੇ ਵਿੱਚ ਟਿਕਾ ਲੈਂਦੇ ਨੇ ਉਹ ਜਾਣਦੇ ਨੇ ਹਰ ਵਿਸਰਤ ਸਦਾ ਖੁਵਾਰੀ ਹਰੀ ਨੂੰ ਵਿਸਾਰਿਆਂ ਜੀਵਨ ਵਿੱਚ ਖੁਵਾਰ ਹੀ ਹੋਣਾ ਪਰ ਬਖਸ਼ੇ ਕੌਣ ਜਾਂਦੇ ਨੇ ਤਾਂ ਕੋ ਧੋਖਾ ਕਹਾ ਬਿਆਪੇ ਜਾਂ ਕੋ ਓਟ ਤੁਹਾਰੀ ਜਿਨੇ ਤੇਰੀ ਬਖਸ਼ਿਸ਼ ਦਾ ਪਾਤਰ ਬਣਨ ਦਾ ਯਤਨ ਕੀਤਾ ਤੇਰੇ ਦਰਸਾਏ ਮਾਰਗ ਤੇ ਤੁਰਨ ਦੀ ਕੋਸ਼ਿਸ਼ ਕੀਤੀ ਸੱਚਾ ਪਾਤਸ਼ਾਹ ਤੁਹਾਡੇ ਬਚਨਾਂ ਨੂੰ ਸਦਾ ਲਈ ਹਿਰਦੇ ਵਿੱਚ ਟਿਕਾ ਲਿਆ ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਦਾ ਦੁਨਿਆਵੀ ਧੋਖਾ ਜਾਂ ਜਮ੍ਹਾਂ ਦਾ ਧੋਖਾ ਨਹੀਂ ਹੁੰਦਾ ਇਸ ਨੂੰ ਜਮ ਜੋ ਨਾ ਸਕਈ ਉਹ ਬਚੀ ਜਾਂਦੇ ਨੇ ਉਹਨਾਂ ਤੇ ਕਿਰਪਾ ਨਿਧਾਨ ਦੀ ਕਿਰਪਾ ਜੋ ਹੋ ਗਈ ਸੰਗਤ ਵਿੱਚ ਜਿੰਨੇ ਜੀ ਆਉਂਦੇ ਨੇ ਮੁਬਾਰਕ ਹੈ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਸਾਰੇ ਮੁਬਾਰਕ ਨੇ ਜਿਹੜੇ ਗੁਰੂ ਘਰ ਆਉਂਦੇ ਨੇ ਸਰਵਣ ਕਰਦੇ ਨੇ ਜਾਂ ਸਰਵਣ ਕਰਾਉਂਦੇ ਨੇ ਸਾਰੇ ਚੰਗੇ ਨੇ ਬਹੁਤ ਚੰਗੇ ਨੇ ਅਤੀ ਉਤਮ ਨੇ ਪਰ ਸਤਗੁਰੂ ਤੁਹਾਡੇ ਚਰਣਾ ਵਿੱਚ ਕਿਹੜੇ ਪਰਵਾਨ ਹੁੰਦੇ ਨੇ ਬਾਬਾ ਜੀ ਬਚਨ ਕਰਦੇ ਨੇ ਅਗਲੀਆਂ ਪੰਕਤੀਆਂ ਦੇ ਵਿੱਚ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਪਰਮਾਨ ਕਿਦਾ ਇਸ ਜੀਵਨ ਵਿੱਚ ਆਉਣਾ ਇਸ ਸੰਗਤ ਵਿੱਚ ਆਉਣਾ ਜਿਨ੍ਹਾਂ ਨੇ ਸਤਗੁਰੂ ਦੀ ਬਾਣੀ ਨੂੰ ਆਗਿਆ ਕਰਕੇ ਜਾਣਿਆ ਫੇਰ ਕਦੇ ਡੋਲਦੇ ਨਹੀਂ ਫੇਰ ਗੁਰੂ ਦੇ ਬਚਨ ਨੂੰ ਆਗਿਆ ਕਰਕੇ ਜਾਣਦੇ ਨੇ ਗੁਰੂ ਦਾ ਹੁਕਮ ਹੈ ਕਲਗੀਧਰ ਪਾਤਸ਼ਾਹ ਦਾ ਬਚਨ ਹੈ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਣਾ ਫੇਰ ਖੱਬੇ ਸਜੇ ਨਹੀਂ ਭਜਦੇ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਰ ਕੋਈ ਨਹੀਂ ਨਿਰੰਕਾਰ ਦਾ ਅਕਾਲ ਪੁਰਖ ਦਾ ਵਾਹਿਗੁਰੂ ਦਾ ਸ਼ਬਦ ਸਰੂਪ ਹੈ ਜੇ ਕਿਤੇ ਨਿਰੰਕਾਰ ਦੀ ਭਾਲ ਕਰਨੀ ਹੋਵੇ ਵਾਹਿਗੁਰੂ ਦੀ ਖੋਜ ਕਰਨੀ ਹੋਵੇ ਨਾ ਕਿਤੇ ਭਟਕਣ ਦੀ ਲੋੜ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਨਿਰੰਕਾਰ ਪ੍ਰਗਟ ਹੋ ਜਾਏਗਾ ਲੋੜ ਹੈ ਭਾਵਨਾ ਦੀ ਜਾਚਣਾ ਕਰਨ ਦੀ ਸੇਵਾ ਕਰਨ ਦੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਛਾਣਨ ਦੀ ਜਿਨ੍ਹਾਂ ਨੇ ਪਛਾਣ ਲਿਆ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਜਿਨ੍ਹਾਂ ਨੇ ਨਹੀਂ ਪਛਾਣਿਆ ਉਨ੍ਹਾਂ ਦੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਸੱਚਾ ਪਾਤਸ਼ਾਹ ਕਿਰਪਾ ਕਰ ਐਸੀ ਦ੍ਰਿਸ਼ਟੀ ਬਖਸ਼ ਇਸੇ ਜੀਵਨ ਵਿੱਚ ਤੈਨੂੰ ਪਛਾਣ ਜਾਈਏ ਤੈਨੂੰ ਲੱਭਣ ਲਈ ਤੈਨੂੰ ਪਛਾਣਨ ਲਈ ਤੇਰੀ ਕਿਰਪਾ ਦਾ ਪਾਤਰ ਬਣਨ ਦੇ ਲਈ ਬਾਰ-ਬਾਰ ਜਮਣਾ ਤੇ ਮਰਨਾ ਨਾ ਪਵੇ ਜੇ ਸਿੱਖੀ ਸਰੂਪ ਬਖਸ਼ਿਆ ਤੇ ਕਰ ਪਕਰ ਇਸੇ ਜਾਮੇ ਵਿੱਚ ਮਨ ਕਰਕੇ ਵੀ ਆਪਣਾ ਸਿੱਖ ਬਣਾ ਲੈ ਆਪਣੇ ਚਰਨਾਂ ਦੀ ਦਾਤ ਬਖਸ਼ ਦੇ ਜਿੱਥੇ ਜਾਏ ਬਈ ਪਲਾ